कार नू छड़कां ते बैरियर ला के न इदां डक्कां पा के आम जनता नू नहीं रोकना चाहिए, क्योंकि असीं आपदी हक्कां दी खातर आपदा आवाज़ सुनाउण वास्ते दिल्ली जा रहे हां। सरकार नू बिल्कुल कोई अधिकार नहीं गा कि छड़कां डक के लोकां नू जो शांतिपूर्वक धरना मुजहरा कर रहे उन्हां ते गोलियां अथरू गैस वराए जाण, इह नहीं सरकार नू चाहिए। ये आपकी जी सरकार गोलियां वरा दे, अथरू गैस छड़ दे, पित्तल दियां गोलियां चला ले, प्लास्टिक दियां चला ले, लोग नहीं रुकणगे। बाकी अगले बन्ने आगू लगनगे, जिहड़े सरन सिंह भदेर आ जां डल्ले वाले आ, ये अगे लगनगे और उसके पिछे सारी जनता होगी ते दिल्ली जाके रहांगे। शंभू बार्डर के उत्ते असी तुहानू अज एक व्यक्ति नाल मिलाउने आ, ऐसे एक इंसान नाल मिलाउने आ जिहड़ा प्रयोग करन आ रहे। ਤੁਸੀਂ ਅੱਜ ਇਸ ਤਰ੍ਹਾਂ ਦੀ ਡਰੈਸ ਪਾਈ ਹੈ ਜਿਵੇਂ ਸਾਇੰਟਿਸਟ ਪਾਈ ਹੁੰਦੀ ਹੈ, ਤੁਸੀਂ ਇਸ ਧਰਨੇ ਦੇ ਵਿੱਚ ਆ ਡਰੈਸ ਕਿਉਂ ਪਾਈ ਹੋਈ ਹੈ? ਇਹ ਡਰੈਸ ਜੀ ਉਦੋਂ ਅਸੀਂ ਜਿੱਦਣ 13 ਤਰੀਕ ਨੂੰ ਅੱਗੇ ਆਏ ਹਾਂ, ਉਦੋਂ ਸਾਨੂੰ ਪਾਣੀ ਦੀਆਂ ਪਛਾੜਾਂ ਅਤੇ ਕੈਮੀਕਲ ਪਾ ਕੇ ਪਾਣੀ ਮਾਰਿਆ ਗਿਆ ਵਾ। ਅੱਜ ਅਸੀਂ ਉਹਦਾ ਪ੍ਰਬੰਧ ਕਰਕੇ ਅਤੇ ਅੱਜ 21 ਤਰੀਕ ਨੂੰ ਜਦੋਂ 11 ਵਜੇ ਗਾਂਹ ਵਧਾਂਗੇ, ਇਸ ਕਰਕੇ ਵੀ ਉਹ ਪਾਣੀ ਦੀਆਂ ਮਾਰ ਲੈਣ, ਗੋਲੀਆਂ ਮਾਰ ਲੈਣ, ਅਥਰੂ ਗੈਸ ਮਾਰ ਲੈਣ, ਉਹਦੇ ਨਾਲ ਕੁਛ ਨਾ ਕੁਛ ਸਾਡਾ ਇਹ ਜਿਹੜਾ ਬਚਾਅ ਹੋ ਜਾਊਗਾ, ਪੂਰਾ ਬਚਾਅ ਆ ਜੀ। ਕੀ ਲੋੜ ਪਈ ਹੈ ਤੁਹਾਨੂੰ ਇਹ ਡਰੈਸ ਪਾ ਕੇ ਅੱਜ ਇੱਥੇ ਅੱਗੇ ਕੂਚ ਕਰਨ ਦੀ? ਕੀ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ? ਅਸੀਂ ਸਰਕਾਰ ਵੱਲੋਂ 3 ਮੰਤਰੀ ਬੈਠੇ ਸੀ, ਪੰਜਾਬ ਸਰਕਾਰ ਦਾ ਆਪ ਜਿਹੜਾ ਮੁੱਖ ਮੰਤਰੀ ਉਹ ਬੈਠਾ ਸੀ, ਫਿਰ ਵੀ ਤੁਸੀਂ ਅੱਜ ਦਿੱਲੀ ਕੂਚ ਕਰਨ ਜਾ ਰਹੇ ਹੋ, ਕੀ ਕਾਰਨ ਹੈ? ਸਰਕਾਰ ਆ ਜਿਹੜੀ ਉਹ ਮੰਗਾਂ ਅਜੇ ਨਹੀਂ ਮੰਨ ਰਹੀ, ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਸਰਕਾਰ ਨੇ ਲਾਗੂ ਕਰਨੀਆਂ ਸੀਗੀਆਂ ਉਹ ਬਿਲਕੁਲ ਨਹੀਂ ਕੀ ਕਰ ਰਹੀ। ਜਿਵੇਂ ਕਿ MSP ਦਾ ਗਰੰਟੀ ਕਾਨੂੰਨ ਸੀ, ਡਾਕਟਰ ਸਵਾਮੀਨਾਥ ਦੀ ਰਿਪੋਰਟ ਸੀਗੀ, ਇਹ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਸੀਗਾ, ਲਖੀਮਪੁਰ ਖੀਰੀ ਦੇ ਕਾਤਲਾਂ ਨੂੰ ਸਜ਼ਾਵਾਂ ਸੀਗੀਆਂ। ਬਾਕੀ ਇਹਨਾਂ ਵਿੱਚੋਂ ਅਜੇ ਸਰਕਾਰ ਮੰਗਾਂ ਨਾ ਮੰਨਣ ਕਰਕੇ ਸਾਨੂੰ ਦਿੱਲੀ ਨੂੰ ਕੂਚ ਕਰਨਾ ਪੈ ਜਾ ਰਿਹਾ। ਤੁਸੀਂ ਦੇਖ ਸਕਦੇ ਹੋ ਜਿਹੜਾ ਸ਼ੰਭੂ ਬਾਰਡਰ ਦੇ ਉੱਤੇ ਪੂਰੀ ਜਿਹੜੀ ਪੁਲਿਸ ਫੋਰਸ ਹੈ, ਜਿਹੜੀ ਆਰਮੀ ਲਾ ਦਿੱਤੀ ਗਈ ਹੈ, ਇਸ ਤਰ੍ਹਾਂ ਦਾ ਮਾਹੌਲ ਹੈ ਜਿਵੇਂ ਕੋਈ ਇੰਡੀਆ ਪਾਕਿਸਤਾਨ ਦਾ ਬਾਰਡਰ ਹੋਵੇ, ਇੰਡੀਆ ਚੀਨ ਦਾ ਬਾਰਡਰ ਹੋਵੇ, ਅਤੇ ਕੀ ਤੁਹਾਨੂੰ ਲੱਗਦਾ ਸਰਕਾਰ ਨੂੰ ਇਸ ਤਰ੍ਹਾਂ ਤੁਹਾਨੂੰ ਰੋਕਣਾ ਚਾਹੀਦਾ? ਤੁਸੀਂ ਉੱਥੇ ਸ਼ਾਂਤਮਈ ਪ੍ਰਦਰਸ਼ਨ ਕਰਨ ਜਾ ਰਹੇ ਹੋ, ਕੀ ਕਾਰਨ ਹੈ ਜਿਹੜੀ ਸਰਕਾਰ ਤੁਹਾਨੂੰ ਜਾਣ ਨਹੀਂ ਦੇ ਰਹੀ? ਅਸੀਂ ਇਸ ਦੇਸ਼ ਦੇ ਨਾਗਰਿਕ ਹਾਂ, ਵੋਟਰ ਹਾਂ, ਅਸੀਂ ਇਸ ਦੇਸ਼ ਦੇ ਰਹਿਣ ਵਾਲੇ ਹਾਂ। ਸਰਕਾਰ ਨੂੰ ਛੜਕਾਂ 'ਤੇ ਬੈਰੀਅਰ ਲਾ ਕੇ ਨਾ ਇੱਦਾਂ ਡੱਕਾਂ ਪਾ ਕੇ ਆਮ ਜਨਤਾ ਨੂੰ ਨਹੀਂ ਰੋਕਣਾ ਚਾਹੀਦਾ, ਕਿਉਂਕਿ ਅਸੀਂ ਆਪਦੀ ਹੱਕਾਂ ਦੀ ਖਾਤਰ ਆਪਦਾ ਆਵਾਜ਼ ਸੁਣਾਉਣ ਵਾਸਤੇ ਦਿੱਲੀ ਜਾ ਰਹੇ ਹਾਂ। ਸਰਕਾਰ ਨੂੰ ਬਿਲਕੁਲ ਕੋਈ ਅਧਿਕਾਰ ਨਹੀਂ ਗਾ ਵੀ ਛੜਕਾਂ ਡੱਕ ਕੇ ਲੋਕਾਂ ਨੂੰ ਜੋ ਸ਼ਾਂਤੀਪੂਰਵਕ ਧਰਨਾ ਮੁਜ਼ਾਹਰਾ ਕਰ ਰਹੇ ਉਹਨਾਂ 'ਤੇ ਗੋਲੀਆਂ ਅਥਰੂ ਗੈਸ ਵਰਾਏ ਜਾਣ, ਇਹ ਨਹੀਂ ਸਰਕਾਰ ਨੂੰ ਚਾਹੀਦਾ। ਇਸ ਕਿਸਾਨੀ ਅੰਦੋਲਨ ਦੇ ਵਿੱਚ ਤੁਸੀਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਭੂਮਿਕਾ ਨੂੰ ਕਿਵੇਂ ਵੇਖਦੇ ਹੋ? ਪੰਜਾਬ ਸਰਕਾਰ ਵੀ ਅਤੇ ਸੈਂਟਰ ਸਰਕਾਰ ਵੀ ਅਤੇ ਹਰਿਆਣਾ ਸਰਕਾਰ ਵੀ, ਇਹ ਇਹਨਾਂ ਦੀ ਇੱਕੋ ਚਾਲ ਆ, ਕਿਉਂਕਿ ਜਦੋਂ ਸਰਕਾਰਾਂ ਬਣ ਜਾਂਦੀਆਂ ਨੇ, ਲੋਕਾਂ ਦੀਆਂ ਬਣਾਈਆਂ ਹੋਈਆਂ ਸਰਕਾਰਾਂ ਵਾ, ਉਹ ਕਾਰਪੋਰੇਟ ਘਰਾਣਿਆਂ ਦੀ ਝੋਲੀ ਦੇ ਵਿੱਚ ਜਾ ਕੇ ਪੈ ਜਾਂਦੀਆਂ ਨੇ, ਫਿਰ ਉਹ ਕਾਰਪੋਰੇਟ ਘਰਾਣਿਆਂ ਦੀਆਂ ਜਿਹੜੀਆਂ ਨੀਤੀਆਂ ਨੇ ਉਹਦੇ 'ਤੇ ਕਾਨੂੰਨ ਬਣਾਉਂਦੇ ਨੇ, ਉਹਦੇ 'ਤੇ ਚੱਲਦੇ ਨੇ, ਆਮ ਜਨਤਾ ਨੂੰ ਜਿਹੜਾ ਵਾ ਉਹਦਾ ਵਿਨਾਸ਼ ਕਰਦੇ ਨੇ, ਉਹਦਾ ਖਤਮਾ ਕਰਦੇ ਨੇ। ਤੁਹਾਨੂੰ ਵੀ ਪਤਾ ਹੈ ਵੀ ਜਿਹੜੇ MP ਦੇ ਇਲੈਕਸ਼ਨ ਨੇੜੇ ਆ ਰਹੇ ਨੇ ਅਤੇ ਜਿਹੜੀ ਕੇਂਦਰ ਸਰਕਾਰ ਹੈ ਉਹਨਾਂ ਦਾ ਕਹਿਣਾ ਵੀ ਜਿਹੜਾ ਇਹ ਸਾਰਾ ਇੱਕ ਤਿਆਰ ਕੀਤਾ ਗਿਆ ਵਿਰੋਧੀ ਪਾਰਟੀਆਂ ਦੇ ਵੱਲੋਂ ਧਰਨਾ, ਜਿਸ ਦੀ ਸਾਰੀ ਫੰਡਿੰਗ ਵੀ ਜਿਹੜੀ ਵਿਰੋਧੀ ਪਾਰਟੀਆਂ ਦੇ ਵੱਲੋਂ ਹੋ ਰਹੀ ਹੈ, ਇਹ ਸਿਰਫ ਕੁਛ ਨਹੀਂ, ਇਹ ਇੱਕ ਦਿਖਾਵਾ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਬਿਲਕੁਲ ਨਹੀਂ ਜੀ, ਸਾਡੇ ਆਗੂਆਂ ਨੇ ਉੱਧਰ ਵੀ ਬੋਲਿਆ ਸੀ ਵੀ ਇਸ ਅੰਦੋਲਨ ਦੇ ਵਿੱਚ ਕੋਈ ਪ੍ਰੈਕਟੀਕਲ ਪਾਰਟੀ ਨਹੀਂ ਕੱਢਾਂਗੇ, ਨਾ ਚੋਣਾਂ ਲੜਾਂਗੇ, ਨਾ ਹੀ ਚੋਣਾਂ ਦੇ ਵਿੱਚ ਕੋਈ ਇਹਦੇ 'ਚ ਵਿਸ਼ਵਾਸ ਹੀ ਰੱਖਦੇ ਹਾਂ, ਸਿਰਫ ਆਪਦੇ ਹੱਕ ਲੈਣ ਵਾਸਤੇ, ਆਪਦੀ ਆਵਾਜ਼ ਉਠਾਉਣ ਵਾਸਤੇ, ਜਿਹੜਾ ਕਿ ਸਰਕਾਰ ਨੇ ਦੱਬੇ ਲਿਆਂ ਕੁਚਲਿਆਂ ਨੂੰ ਦਬਾਇਆ ਹੋਇਆ ਵਾ, ਫਸਲਾਂ ਦੇ ਰੇਟ ਆ ਜਿਹੜਾ ਉਹ ਸਹੀ ਸਵਾਮੀਨਾਥ ਦੀ ਰਿਪੋਰਟ ਅਨੁਸਾਰ ਨਹੀਂ ਦਿੱਤੇ ਜਾ ਰਹੇ, ਇਸ ਕਰਕੇ ਅਸੀਂ ਦਿੱਲੀ ਜਾ ਰਹੇ ਹਾਂ। ਹੁਣ ਤੁਹਾਡੀ ਅਗਲੀ ਰਣਨੀਤੀ ਕੀ ਹੈ? ਦੇਖੋ ਅੱਗੇ ਬੈਰੀਅਰ ਲੱਗੇ ਹੋਏ ਨੇ ਜਿਹੜੀ ਤੁਹਾਨੂੰ ਉੱਧਰ ਨਹੀਂ ਲੰਘਣ ਦਿੱਤਾ ਜਾਊਗਾ, ਫਿਰ ਤੁਸੀਂ ਕਿਸ ਤਰ੍ਹਾਂ ਜਿਹੜਾ ਅੱਗੇ ਵਧਣ ਦੀ ਕੋਸ਼ਿਸ਼ ਕਰੋਗੇ? ਅੱਗੇ ਸਾਡੀ ਤੁਹਾਡੀਆਂ ਤਿਆਰੀਆਂ ਮੁਕੰਮਲ ਨੇ? ਤਿਆਰੀਆਂ ਸਾਡੀਆਂ ਮੁਕੰਮਲ ਨੇ ਬਿਲਕੁਲ। ਇਹ ਆਪਦੀ ਜਿਹੜੀ ਸਰਕਾਰ ਇਹ ਗੋਲੀਆਂ ਵਰਾ ਦੇ, ਅਥਰੂ ਗੈਸ ਛੱਡ ਦੇਵੇ, ਪਿੱਤਲ ਦੀਆਂ ਗੋਲੀਆਂ ਚਲਾ ਲਏ, ਪਲਾਸਟਿਕ ਦੀਆਂ ਚਲਾ ਲਏ, ਲੋਕ ਨਹੀਂ ਰੁਕਣਗੇ। ਬਾਕੀ ਅਗਲੇ ਬੰਨੇ ਆਗੂ ਲੱਗਣਗੇ, ਜਿਹੜੇ ਸਰਨ ਸਿੰਘ ਭਦੇਰ ਆ ਜਾਂ ਡੱਲੇ ਵਾਲਿਆ, ਇਹ ਅੱਗੇ ਲੱਗਣਗੇ ਔਰ ਉਸਦੇ ਪਿੱਛੇ ਸਾਰੀ ਜਨਤਾ ਹੋਊਗੀ ਅਤੇ ਦਿੱਲੀ ਜਾ ਕੇ ਰਹਾਂਗੇ। ਧੰਨਵਾਦ ਜੀ। ਤੁਸੀਂ ਦੇਖ ਰਹੇ ਸੀ ਕਿਸਾਨਾਂ ਦੀ ਜਿਹੜੀ ਆਵਾਜ਼, ਅਸੀਂ ਤੁਹਾਡੇ ਤੱਕ ਲੈ ਕੇ ਆਏ ਹਾਂ। ਇਸ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਆ ਜੀ।